ਹੱਲ ਹੋ ਜਾਂਦਾ ਭਾਰਤ ਦਾ ਸਾਥ ਦਿੰਦਾ ਹੈ ਲੇਕਿਨ ਇਹ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਇਹ ਰੁਕੇਗਾ ਨਹੀਂ ਤੇ ਪੂਰੀ ਦੁਨੀਆ ਦੇ ਅੰਦਰ ਜਿਸ ਤਰ੍ਹਾਂ ਲੋਕ ਬਾਹਰ ਨਿਕਲੇ ਅੱਜ ਪਰਮਨੈਂਟ ਮਿਸ਼ਨ ਆਫ ਇੰਡੀਆ 235 ਈਸਟ 43rd ਸਟਰੀਟ ਤੇ ਲੋਕਾਂ ਦਾ ਇੱਕ ਖਾਸ ਤੌਰ ਤੇ ਪਾਕਿਸਤਾਨੀ ਕਸ਼ਮੀਰੀ ਤੇ ਪੰਜਾਬੀ ਸਾਡੇ ਭਾਈਆਂ ਦਾ ਸਿੱਖਾਂ ਦਾ ਇੱਕ ਵੱਡਾ ਇਕੱਠ ਇੱਥੇ ਜਿਹੜਾ ਜਮ੍ਹਾਂ ਹੋਇਆ ਹੈ ਉਹ ਇੰਡੀਅਨ ਮਿਸ਼ਨ ਨੂੰ ਤੇ ਇੰਡੀਆ ਦੀ ਸਰਕਾਰ ਨੂੰ ਇਹ ਚਿਤੌਨੀ ਦੇ ਰਿਹਾ ਹੈ ਕਿ ਇਹ ਲਲਕਾਰ ਇੱਥੋਂ ਯਾਨੀ ਇੰਡੀਆ ਨੂੰ ਕੱਲੀ ਜਾ ਰਹੀ ਹੈ ਕਿ ਇਸ ਕਿਸਮ ਦੀ ਗੁੰਡਾਗਰਦੀ 21st ਸੈਂਚਰੀ ਦੇ ਅੰਦਰ ਕਬੂਲ ਨਹੀਂ ਆ ਔਰ ਮੈਂ ਸਮਝਦਾ ਕਿ ਇਹ ਜਿਹੜਾ ਅੱਜ ਮੁਜ਼ਾਹਰਾ ਹੋ ਰਿਹਾ ਹੈ ਤੇ ਲੋਕ ਇਤਜਾਜ ਕਰ ਰਹੇ ਆ ਇਹ ਵਕਤ ਦੀ ਜ਼ਰੂਰਤ ਹੈ ਤੇ ਆਓ ਉਸ ਆਵਾਜ਼ ਨੂੰ ਬੁਲੰਦ ਕਰੀਏ ਕਿਉਂਕਿ ਮੈਂ ਸਮਝਦਾ ਕਿ ਇੰਡੀਆ ਨੇ ਜਿਹੜਾ ਇਹ ਹਰਕਤ ਕੀਤੀ ਹੈ ਧਾਰਾ 370 ਖਤਮ ਕਰਕੇ ਤੇ ਕਸ਼ਮੀਰ ਤੇ ਜਿਸ ਤਰ੍ਹਾਂ ਕਾਬੂ ਹੋਇਆ ਹੈ 72 ਸਾਲਾਂ ਦੇ ਅੰਦਰ ਅੱਗੇ ਸੀ ਮੈਂ ਸਮਝਦਾ ਕਿ ਇਹ ਰਸਤਾ ਇੰਡੀਆ ਦੇ ਅੰਦਰ ਨਵਾਂ ਉਖਾ ਲਿਆ ਜਾ ਰਿਹਾ ਹੈ ਜਿੱਥੇ ਸਾਨੂੰ ਖਾਲਿਸਤਾਨ ਦੀ ਆਵਾਜ਼ ਵੀ ਨਜ਼ਰ ਆ ਰਹੀ ਹੈ ਮੁਸਤਕਬਲ ਦੇ ਅੰਦਰ ਤੇ ਕਸ਼ਮੀਰ ਵੀ ਜਿਹੜਾ ਹੈ ਉਹ ਆਜ਼ਾਦ ਹੁੰਦਾ ਨਜ਼ਰ ਆ ਰਿਹਾ ਤੁਸੀਂ ਕਹਿਣਾ ਚਾਹੋਗੇ ਜੋ ਇਹ ਧਾਰਾ 370 ਨੂੰ ਖਤਮ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਬਿਨਾਂ ਦੱਸਿਆ ਹੀ ਕਸ਼ਮੀਰੀਆਂ ਨੂੰ ਜੋ ਇਹ ਧਾਰਾ 370 ਨੂੰ ਮੋਦੀ ਸਰਕਾਰ ਨੇ ਖਤਮ ਕਰ ਦਿੱਤਾ ਖਦਸ਼ਾ ਹੈ ਕਿ ਪੰਜਾਬ ਵਿੱਚ ਵੀ ਇਹ ਹੋਏਗਾ ਕਿਉਂਕਿ ਉਹਨਾਂ ਨੇ 84 ਵੀ ਸਾਡਾ ਇਸੇ ਤਰ੍ਹਾਂ ਹੀ ਬਤਾਇਆ ਸੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਜੀ ਜਿਵੇਂ ਅੱਜ ਅਸੀਂ ਨਿਊਯਾਰਕ ਦੇ ਵਿੱਚ ਜੋ ਇੰਡੀਅਨ ਹਾਈ ਕਮਿਸ਼ਨ ਦੇ ਅੱਗੇ ਜੋ ਪ੍ਰੋਟੈਸਟ ਸਾਡੇ ਕਸ਼ਮੀਰੀ ਭਰਾ ਭੈਣਾਂ ਸਾਡੀਆਂ ਔਰ ਅਸੀਂ ਜੋ ਸਿੱਖ ਕਮਿਊਨਿਟੀ ਤੋਂ